ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਬੈਠੀ ਸਾਰੀ ਸੰਗਤ ਜੀਓ, ਫਤਿਹ ਸਾਂਝੀ ਕਰਿਓ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕਿਸੇ ਇੱਕ ਵਿਅਕਤੀ ਦੀ ਬਰਸੀ 'ਤੇ ਨਹੀਂ, ਇੱਕ ਵਿਅਕਤਿਤਵ ਜਿਹਨੂੰ ਕਹਿੰਦੇ ਪਰਸਨੈਲਿਟੀ, ਉਹਨਾਂ ਨੂੰ ਆਪਣੀ ਯਾਦਾਂ ਦੇ ਵਿੱਚ ਸ਼ਰਧਾਂਜਲੀ ਪੇਸ਼ ਕਰਨ ਵਾਸਤੇ, ਉਹਨਾਂ ਦੀ ਦਿੱਤੀ ਹੋਈ ਸਿਹਤ ਦੇ ਉੱਤੇ ਚੱਲਣ ਵਾਸਤੇ, ਵਾਹਿਗੁਰੂ ਤੋਂ ਅਰਦਾਸ ਕਰਨ ਵਾਸਤੇ ਇੱਥੇ ਇਕੱਠੇ ਹੋਏ। ਬਹੁਤ ਸਾਰੇ ਸਾਥੀਆਂ ਨੇ, ਪੁੰਦਰ ਸਾਹਿਬ ਨੇ ਗੱਲ ਚਾਲੂ ਕੀਤੀ, ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਸਾਰੇ ਪ੍ਰੋਟੋਕੋਲ ਤੋੜ ਕੇ ਇੱਥੇ ਆਏ, ਆਉਣ ਵੀ ਕਿਵੇਂ ਨਾ ਸਾਹਿਬ। ਬਾਦਲ ਸਾਹਿਬ ਜਿਉਂਦੇ ਜਾਗਦੇ ਪ੍ਰੋਟੋਕੋਲ ਦੀ, ਜਿਸ ਤਰ੍ਹਾਂ ਸਾਰੇ ਸਾਥੀ ਬੈਠੇ, ਬੜੇ ਰਾਜਨੀਤਿਕ ਸ਼ਖਸੀਅਤਾਂ ਇੱਥੇ ਬੈਠੀਆਂ, ਸਾਰਿਆਂ ਨੂੰ ਪਤਾ ਇੱਕ ਬਲੂ ਬੁੱਕ ਹੁੰਦੀ ਹੈ ਜਿਹਦੇ ਵਿੱਚ ਐਂ ਲਿਖਿਆ ਹੁੰਦਾ ਵੀ ਕਿਹਨੇ ਕਿੱਥੇ ਖੜਨਾ, ਕੀ ਉਹਦਾ ਹਿਸਾਬ ਕਿਤਾਬ ਹੈ, ਕਿੰਨੇ ਸਲੂਟ ਵੱਜਣੇ, ਕਿੰਨੇ ਪੁਲਿਸ ਵਾਲੇ ਲੱਗਣੇ, ਕਿੰਨੀ ਜੀਪਾਂ ਲੱਗਣੀਆਂ। ਕੋਈ ਅੱਜ ਕੱਲ੍ਹ ਜਿਹੜਾ ਰਾਜਨੀਤੀ ਦਾ ਇੱਕ ਰਿਵਾਜ਼ ਬਣ ਗਿਆ, ਉਸ ਪ੍ਰੋਟੋਕੋਲ ਦੀ ਜਿਉਂਦੀ ਜਾਗਦੀ ਬਲੂ ਬੁੱਕ ਸੀਗੇ। ਬਲੂ ਬੁੱਕ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਅਕਾਲੀ ਦਲ ਦਾ ਪੱਗ ਦਾ ਨਿਸ਼ਾਨ ਹੈ, ਪੰਥ ਦਾ ਨਿਸ਼ਾਨ ਹੈ, ਬਟ ਉਹ ਆਪਣੇ ਆਪ 'ਚ ਇੰਨੀ ਨਿਮਰਤਾ ਸਾਹਿਬ, ਮੇਰਾ ਚੀਮਾ ਸਾਹਿਬ ਮੈਂ ਪਤਾ ਨਹੀਂ ਕਿੰਨਾ, ਇੱਕ ਨੈਸ਼ਨਲ ਲੀਡਰ ਸੀ, ਇੱਕ ਲੀਡਰ ਹੀ ਨਹੀਂ ਸਾਹਿਬ ਅੱਜ ਦੇ ਦਿਨ ਤਾਂ ਲੀਡਰਾਂ ਦਾ, ਜਿਵੇਂ ਸੇਖੋ ਸਾਹਿਬ, ਮੈਂ ਤੁਹਾਡੇ ਵਾਂਗੂ ਉਹ ਸ਼ਬਦ ਨਹੀਂ ਇਸਤੇਮਾਲ ਕਰ ਸਕਦਾ, ਪਰ ਕੱਲਾ ਅੱਜ ਤੋਂ ਨਹੀਂ, ਪ੍ਰੋਬਲਮ ਕੀ ਹੋਈ ਖੜੀ ਹੈ, ਅੱਜ ਕੱਲ੍ਹ ਕਿਸੇ ਨੂੰ ਲੀਡਰ ਕਹਿ ਦਿਓ ਗਾਲ ਕੱਢਣ ਦੇ ਬਰਾਬਰ ਹੈ। ਉਹ ਇੱਕ ਜਦੋਂ ਮੈਂ ਇੱਕ ਸ਼ਖਸੀਅਤ ਸੀਗੇ, ਹੀ ਵਾਜ਼ ਅ ਪਰਸਨੈਲਿਟੀ, ਆਪਣੇ ਆਪ 'ਚ ਤੁਰਦੇ ਫਿਰਦੇ, ਹਲੀਮੀ ਦੀ ਗੱਲ ਹੁੰਦੀ ਹੈ। ਭੁੰਦੜ ਸਾਹਿਬ ਨੇ ਕਿਹਾ ਵੀ ਬਹੁਤ ਹੀ ਨਿਮਰ ਸੁਭਾਅ, ਬੜੇ ਸਲੀਕੇ ਨਾਲ ਗੱਲ ਕਰਨੀ। ਭੁੰਦੜ ਸਾਹਿਬ ਮੇਰੇ ਤੋਂ ਵੱਡੇ ਹੋ ਤੁਸੀਂ, ਤੁਸੀਂ ਕਿਸੇ ਗਰੀਬ ਬੰਦੇ ਨੂੰ ਗੁੱਸੇ ਆਉਂਦੇ ਦੇਖਿਆ? ਉਹਦੇ ਵਾਸਤੇ, ਗਰੀਬ ਮਾਤੜ ਵਾਸਤੇ ਹਲੀਮੀ ਇੱਕ ਮਜਬੂਰੀ ਦਾ ਨਾਮ ਹੈ, ਚਾਹੇ ਉਹ ਦਿਲ 'ਚ ਭਾਂਬੜ ਮੱਚਦੇ ਹੋਣ ਵੀ ਮੈਂ ਸਫੰਨੇ ਖਾਂ ਨੂੰ ਦੇਖ ਲੂੰਗਾ, ਪਰ ਮਜਬੂਰੀ ਦਾ ਨਾਮ ਹੈ ਸਾਹਿਬ। ਕਿਸੇ ਵਿਅਕਤੀ ਦਾ ਪਤਾ ਉਦੋਂ ਲੱਗਦਾ ਜਦੋਂ ਕੋਲ ਤਾਕਤ ਹੋਵੇ, ਤਾਕਤ ਨੂੰ ਹਜ਼ਮ ਕਰਨਾ ਬਹੁਤ, ਤੁਸੀਂ ਦੇਖਿਆ ਨਹੀਂ ਹੈ ਜਿਹਦੀ ਜਿਹੜੀ ਗੱਲ ਕਰੀ ਜਾਂਦੇ ਸੀ ਤੁਸੀਂ ਸੇਖੋ ਸਾਹਿਬ, ਆ ਤਾਕਤ ਕਰਕੇ ਹੈ, ਇਹਨਾਂ 'ਚ ਕੋਈ ਰੱਬ ਨਹੀਂ ਬੋਲਦਾ, ਤੂੰ ਨਹੀਂ ਬੋਲਦੀ, ਕਹਿੰਦੇ ਆ ਕੁਰਸੀ ਬੋਲਦੀ ਹੈ ਸਾਹਿਬ, ਆਹ ਕੁਰਸੀ ਬੋਲਦੀ ਹੈ, ਆ ਆਹ ਫਰਕ ਸੀਗਾ। ਇਸ ਕਰਕੇ ਮੈਂ ਸ਼ਖਸੀਅਤ ਕਹਿ ਰਿਹਾ ਸਾਹਿਬ, ਮੈਨੂੰ ਇਸ ਗੱਲ ਦਾ ਮਾਣ ਹੈ ਸਾਹਿਬ। ਸਾਰਿਆਂ ਨੇ ਗੱਲ ਕੀਤੀ, ਬਰਾੜ ਸਾਹਿਬ ਨੇ ਗੱਲ ਕੀਤੀ ਵੀ ਰਾਜਨੀਤਿਕ ਸਾਡੇ ਮਤਭੇਦ ਹੋਣ, ਧਾਰਮਿਕ ਮਤਭੇਦ ਹੋਣ ਨਾ ਹੋਣ, ਬਣਾਏ ਜਾਣ, ਉਹਦੇ ਬਾਵਜੂਦ ਹਰੇਕ ਦਾ ਉਹਨਾਂ ਕਨੀ ਸੀਗਾ, ਇੱਕ ਲਗਾਵ ਸੀਗਾ। ਰਾਜਨੀਤਿਕ ਮਤਭੇਦ ਤਾਂ ਮੇਰੇ ਬਹੁਤ ਸੀ ਸਭ,
ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਵੀ ਜਾਖੜ ਸਾਹਿਬ ਉੱਥੇ ਬੈਠੇ ਸੀ ਸਾਹਿਬ, ਮੈਂ ਵੀ ਸਮਝਦਾ ਇਸ ਗੱਲ ਨੂੰ ਜਿਨ੍ਹਾਂ ਹਾਲਾਤਾਂ 'ਚ ਅੱਜ ਉਹ ਮੌਕੇ ਨਹੀਂ ਗੱਲ ਕਰਾਂਗੇ, ਪਰ ਮੈਂ ਆਪਣੇ ਆਪ ਨੂੰ ਇਤਿਹਾਸ ਕਨੀ ਦੇਖ ਕੇ ਕਹਾਂ, ਮੈਂ ਆਪਣੇ ਆਪ ਨੂੰ ਏਕਲਵਯ ਤੋਂ ਘੱਟ ਨਹੀਂ ਸਮਝਦਾ। ਮਹਾਂਭਾਰਤ ਜਿਨ੍ਹਾਂ ਨੇ ਪੜ੍ਹੀ ਹੈ, ਦੇਖਿਆ, ਸਮਝਿਆ, ਏਕਲਵਯ ਪਾਸੋਂ ਖੜ ਕੇ, ਕਿਉਂਕਿ ਉੱਥੇ ਸਾਰੇ ਦੂਜੇ ਕੌਰਵਾਂ ਦੇ ਪਾਂਡਵਾਂ ਦੇ ਬੱਚੇ ਉੱਥੇ ਟ੍ਰੇਨਿੰਗ ਲੈਂਦੇ ਸੀ ਅਤੇ ਉਹ ਪਾਸੇ ਖੜ ਕੇ ਉਹਨਾਂ ਨੇ ਉਹਦਾ ਬੁੱਤ ਬਣਾ ਲਿਆ, ਉਹਨਾਂ ਤੋਂ ਜੋ ਸਿੱਖ ਕੇ ਆਉਂਦਾ ਸੀ ਚਲਾ ਲੈਂਦਾ ਸੀ। ਇੰਨਾ ਕੁ ਫਰਕ ਹੈ ਵੀ ਬਾਦਲ ਸਾਹਿਬ ਨੇ ਅੰਗੂਠਾ ਨਹੀਂ ਮੰਗਿਆ ਮੇਰਾ, ਕਿਉਂਕਿ ਏਕਲਵਯ ਤੋਂ ਡਰਦੇ ਸੀ ਵੀ ਇਹਨਾਂ ਸਾਰਿਆਂ ਨੂੰ, ਚਾਹੇ ਅਰਜੁਨ ਹੈ ਚਾਹੇ ਦੂਜੇ, ਇਹਨਾਂ ਸਾਰਿਆਂ ਨੂੰ ਏਕਲਵਯ ਨੇ ਲੱਸੀ ਦੇ ਦੇਣੀ ਹੈ। ਇਹ ਅੰਗੂਠਾ ਲੈ ਲਿਆ ਵੀ ਹੁਣ ਅੰਗੂਠਾ ਨਾ ਹੋਇਆ ਤਾਂ ਚਲਵਾਊਗਾ ਕਿਵੇਂ, ਆਪਣਾ ਧਨੁਸ਼ ਚਲਾਊਗਾ ਕਿਵੇਂ। ਮੈਂ ਉਹਨਾਂ ਤੋਂ ਦੂਰ ਬੈਠ ਕੇ ਬਹੁਤ ਸਿੱਖਿਆ ਸਭ, ਸਾਹਮਣੇ ਅਪੋਜੀਸ਼ਨ 'ਚ ਬੈਠ ਕੇ। ਭਾਈ ਸਾਹਿਬ ਰਣਜੀਤ ਜੀ ਨੇ ਗੱਲ ਕੀਤੀ ਮੈਂ ਜਿਸ ਦਿਨ ਮੈਨੂੰ ਲੀਡਰ ਆਫ ਅਪੋਜੀਸ਼ਨ ਬਣਾਇਆ ਗਿਆ 2012 'ਚ, ਉਹਨਾਂ ਜਦੋਂ ਐਜ਼ ਏ ਲੀਡਰ ਆਫ ਅਪੋਜੀਸ਼ਨ ਨੂੰ ਫੈਲੀਸੀਟੇਟ ਕਰਨ ਵਾਸਤੇ ਖੜ੍ਹੇ ਹੋਏ ਮੁੱਖ ਮੰਤਰੀ ਦੇ ਪਦ 'ਤੇ, ਕਹਿੰਦਾ ਚੌਧਰੀ ਸਾਹਿਬ, ਮੈਂ ਕਿਹਾ ਫਿਰ ਮੈਂ ਕਿਹਾ ਜੀ ਸੁਨੀਲ ਆਖੋ, ਕਹਿੰਦੇ ਨਹੀਂ ਚੌਧਰੀ ਸਾਹਿਬ ਜਿਸ ਕੁਰਸੀ 'ਤੇ ਤੁਸੀਂ ਬੈਠੇ ਹੋ ਉਸੇ ਕੁਰਸੀ 'ਤੇ 35 ਸਾਲ ਪਹਿਲੇ ਵੱਡੀ ਚੌਧਰੀ ਸਾਹਿਬ ਬੈਠੇ ਸੀਗੇ, ਉਹ ਲੀਡਰ ਆਫ ਅਪੋਜੀਸ਼ਨ ਸੀ, ਚੀਫ ਮਿਨਿਸਟਰ, ਕਹਿੰਦਾ ਉਦੋਂ ਵੀ ਮੈਂ ਹੀ ਸੀਗਾ, ਕਹਿੰਦਾ ਚੀਫ ਮਿਨਿਸਟਰ ਉਦੋਂ ਵੀ ਮੈਂ ਹੀ ਸੀਗਾ। ਸਾਡੇ ਲੀਡਰ ਆਫ ਅਪੋਜੀਸ਼ਨ 'ਤੇ ਅੱਜ ਤੁਸੀਂ ਦੇਖਿਆ, ਹੁਣ ਵਾਲਿਆਂ ਨੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਮੈਂ ਇਸ ਮਾਹੌਲ ਦੇ ਵਿੱਚ ਇਸ ਕਿਸਮ ਦੇ ਬੰਦਿਆਂ ਦੇ ਨਾਮ ਉਹਨਾਂ ਨੂੰ ਕੋਈ ਕੁਵਾਂ ਚੰਗਾ ਨਹੀਂ ਲੱਗਦਾ, ਪਰ ਤੁਸੀਂ ਸਾਰਿਆਂ ਨੇ ਦੇਖਿਆ ਸਾਹਿਬ, ਇੱਕ ਉਹ ਦਿਨ ਸੀਗੇ ਅਤੇ ਇੱਕ ਮੇਰੇ ਵਰਗੇ ਨਾ ਚੀਜ਼ ਜੇ ਬੰਦੇ ਨੂੰ ਮੌਕਾ ਮਿਲਿਆ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਤੋਂ ਸਿੱਖਣ ਦਾ। ਸੁਖਬੀਰ ਜੀ, ਬੁਰਾ ਨਾ ਮੰਨਿਓ, ਮੈਂ ਉਹਨਾਂ ਨੂੰ ਮੈਂਟਰ ਸਮਝਦਾ ਸੀ ਆਪਣਾ, ਆ ਨਹੀਂ ਵੀ ਮੇਰੇ ਕੋਈ ਦੁਸ਼ਮਣੀ ਸੀਗੀ, ਪਰ ਮੈਂਟਰ ਸੀਗੇ, ਉਹਨਾਂ ਤੋਂ ਜੋ ਕੁਛ ਸਿੱਖਿਆ ਉਸ ਹੱਕ ਨਾਲ। ਮੈਨੂੰ ਕੋਈ ਗੱਲ ਜੇ ਚੰਗੀ ਨਹੀਂ ਲੱਗਦੀ ਜਿਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ ਸੀਗਾ, ਕਿਉਂਕਿ ਨਿਗਾਰ ਹੀ ਆਇਆ ਰਾਜਨੀਤੀ, ਜੇ ਅੱਗੇ ਸੇ ਪੀਛਾ ਬੁਲਾਰਾ, ਨਾਮ ਬੁਲਾ ਲਟੂਰੀ, ਪਿਛਲੇ ਤੋਂ ਅੱਗੇ ਚੰਗੇ ਘਵਾ ਦਿੰਦੇ, ਹੁਣ ਵਾਲੇ ਉਹਨਾਂ ਨੂੰ ਅੱਗੇ ਚੰਗੇ ਘਵਾ ਦਿੰਦੇ ਆ, ਅਤੇ ਜਦੋਂ ਕੋਈ ਅਜਿਹੀ ਗੱਲ ਹੋਈ ਵੀ ਗਲਤ ਅੰਸਰ ਜੇ ਰਾਜਨੀਤੀ ਦੇ ਵਿੱਚ ਪ੍ਰਭਾਵੀ ਹੋ ਰਿਹਾ। ਮੈਂ ਚੱਲ ਕੇ ਬਾਦਲ ਸਾਹਿਬ ਕੋਲ ਗਿਆ ਸਾਹਿਬ, ਕਹਿੰਦੇ ਦੱਸੋ ਚੋ ਸਾਹਿਬ, ਮੈਂ ਕਿਹਾ ਜੀ ਅੱਜ ਮੈਂ ਤੁਹਾਡੇ ਨਾਲ ਸ਼ਿਕਵਾ ਕਰਨ ਆਇਆ, ਗਿਲਾ ਲੈ ਕੇ ਆਇਆ, ਸ਼ਿਕਾਇਤ ਲੈ ਕੇ ਆਇਆ, ਦੱਸੋ ਕੀ ਗੱਲ ਹੋ ਗਈ। ਮੈਂ ਕਿਹਾ ਜੀ ਇਸ ਕਿਸਮ ਦੇ ਗਲਤ ਬੰਦਿਆਂ ਨੂੰ ਨਕੇਲ ਪਾਣੀ ਚਾਹੀਦੀ ਹੈ, ਇਹ ਰਾਜਨੀਤੀ ਦੇ ਵਿੱਚ ਕੋਈ ਇਹਨਾਂ ਦਾ ਜਗ੍ਹਾ ਨਹੀਂ ਹੋਣੀ ਚਾਹੀਦੀ ਹੈ। ਬਦਮਾਸ਼ ਕਿਸਮ ਦੇ ਲੋਕ, ਕ੍ਰਿਮੀਨਲ ਐਲੀਮੈਂਟ ਜਿਹੜੇ ਅੰਦਰ ਆ ਗਏ, ਕੋਈ ਰੇਪਿਸਟ ਹੈ, ਕੋਈ ਗੈਂਗਸਟਰਸ ਹੈ, ਅਤੇ ਉਹਨਾਂ ਨੇ ਕਿਹਾ ਜਾਖੜ ਸਾਹਿਬ ਤੁਸੀਂ ਮੇਰੇ ਕੰਮ ਕਰਨ ਦਾ ਤਰੀਕਾ। ਮੈਂ ਕਿਹਾ ਸਰ ਮੈਂ ਜਾਣਦਾ ਇਸੇ ਕਰਕੇ ਤਾਂ ਤੁਹਾਡੇ ਕੋਲ ਆਇਆ, ਤਵੱਕੋ ਹੈ ਤੁਹਾਡੇ ਤੋਂ, ਤੁਸੀਂ ਇੱਕ ਬਜ਼ੁਰਗ ਹੋ, ਯੂ ਆਰ ਅ ਸਟੇਟਸਮੈਨ, ਤੁਸੀਂ ਨੱਥ ਪਾ ਸਕਦੇ ਹੋ, ਰੋਕੋ ਇਹਨਾਂ ਲੋਕਾਂ ਨੂੰ, ਇਹਨਾਂ ਲੋਕਾਂ ਦਾ ਰਾਜਨੀਤੀ ਦੇ ਅੰਦਰ ਕੋਈ ਜਗ੍ਹਾ ਨਹੀਂ, ਲੋਕਤੰਤਰ ਅਧਿਕਾਰ ਦਿੰਦਾ ਸਾਹਿਬ ਆਪਾਂ ਦੇਖੀ ਜਾਂਦੇ, ਲੋਕਤੰਤਰ ਦਾ ਜਿਸ ਤਰ੍ਹਾਂ ਦੀ ਦੁਰਵਰਤੋਂ ਹੋ ਰਹੀ ਹੈ ਸਾਰਿਆਂ ਦੇ ਸਾਹਮਣੇ, ਮਜ਼ਾਕ ਬਣ ਗਿਆ ਲੋਕਤੰਤਰ ਦਾ। ਪਰ ਮੈਂ ਜਾ ਕੇ ਕੋਈ ਮੈਨੂੰ ਗਿੱਲਾ ਸ਼ਿਕਵਾ ਸੀ ਤਾਂ ਮੈਂ ਜਾ ਕੇ ਕਹਿ ਵੀ ਦਿੰਦਾ ਸੀ, ਕਹਿੰਦੇ ਨਹੀਂ ਮੈਂ ਸਭ ਦੇਖੂੰਗਾ, ਉਹ ਬੜੱਪਣ ਸੀ ਸਾਹਿਬ ਉਹਨਾਂ ਆਦਮੀਆਂ ਦਾ। ਜੇ ਅੰਗੂਠੇ ਲੈਣ ਵਾਲੀ ਗੱਲ ਹੁੰਦੀ ਮੇਰੇ ਤਾਂ ਧੌਣ ਬਚਾਈ ਉਹਨਾਂ ਨੇ। ਇੱਥੇ ਆ 12-13 ਦੀ ਗੱਲ ਹੈ ਜੀ,
ਬਾਰਾਂ ਤੇਰਾਂ 'ਚ ਇੱਥੇ ਹੜ੍ਹ ਆ ਗਏ ਸੀ ਸਾਰੇ, ਆਪਣਾ ਮਾਲਵਾ ਸਾਰਾ ਏਰੀਆ ਸਾਰਾ ਡੁੱਬ ਗਿਆ ਸੀ। ਇੱਥੋਂ ਤਾਂ ਮਲੋਟ ਤੋਂ ਲੈ ਕੇ ਇੱਧਰਲੇ ਪਾਸੇ ਗਿੱਦੜਵਾ ਅਤੇ ਆ ਮੁਕਤਸਰ ਤਾਈਂ ਸਾਰਾ ਏਰੀਆ ਢਾਬ ਬਣ ਕੇ ਰਹਿ ਗਿਆ, ਗੋਡੇ ਗੋਡੇ ਪਾਣੀ ਖੜ੍ਹਾ ਸੀ। ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਏ ਅਤੇ ਉਦੋਂ ਗੱਲ ਕੀਤੀ ਵੀ ਕੋਈ ਪੰਜਾਬ ਦਾ ਕੋਈ ਦੋਨ ਬਾਦਲ ਸਾਹਿਬ ਨੇ ਮੈਨੂੰ ਮੌਕਾ ਦਿੱਤਾ ਵਿੱਚੋਂ ਸਾਹਿਬ ਉਹ ਕਹਿਣਗੇ, ਅਤੇ ਮੈਂ ਕਿਹਾ ਜੀ ਪੰਜਾਬ ਦਾ ਕੋਈ ਬਾਂਹ ਫੜਨ ਵਾਲਾ ਚਾਹੀਦਾ, ਪੰਜਾਬ ਦੀ ਮਦਦ ਕਰੋ। ਅਤੇ ਹੱਸ ਕੇ ਬੋਲੇ ਡਾਕਟਰ ਮਨਮੋਹਨ ਸਿੰਘ ਵੀ ਅੱਜ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖ ਰਿਹਾ ਵੀ ਇੱਕ ਚੀਫ ਮਿਨਿਸਟਰ ਅਤੇ ਲੀਡਰ ਆਫ ਅਪੋਜੀਸ਼ਨ ਦੋਨੋਂ ਇੱਕੋ ਹੀ ਬੋਲੀ ਬੋਲ ਰਹੇ ਹੈ। ਮੈਂ ਕਿਹਾ ਜੀ ਅਸੀਂ ਪੰਜਾਬ ਦੀ ਗੱਲ ਕਰੀ ਜਾਂਦੇ ਹਾਂ। ਆਹ ਇੱਕ ਗੱਲ ਸੀ, ਪਰ ਉਹਦੇ ਬਾਅਦ ਉਹਨਾਂ ਨੇ ਕਿਹਾ ਮੈਂ ਦਿੱਲੀ ਬੁਲਾਊਂਗਾ। ਬਾਦਲ ਸਾਹਿਬ ਕੋਲ ਐਜ਼ ਅ ਚੀਫ ਮਿਨਿਸਟਰ ਮੈਸੇਜ ਆਇਆ ਵੀ ਆ ਜਾਓ ਉੱਥੇ, ਪਲੈਨਿੰਗ ਕਮਿਸ਼ਨ ਨਾਲ ਮੀਟਿੰਗ ਹੈ ਤੁਹਾਡੀ। ਅਤੇ ਮੈਨੂੰ ਵੀ ਜਦੋਂ ਬਾਦਲ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਾਖੜ ਸਾਹਿਬ ਚੱਲੋਗੇ, ਮੈਂ ਕਿਹਾ ਜੀ ਬਿਲਕੁਲ ਚੱਲੂੰਗਾ। ਕਹਿੰਦੇ ਜੀ ਫਲਾਣੇ ਦਿਨ ਤਿੰਨ ਦਿਨਾਂ ਬਾਅਦ ਜਾਂ ਦੋ ਦਿਨਾਂ ਬਾਅਦ ਬੁਲਾਇਆ ਅਤੇ ਆਪਾਂ ਦਿੱਲੀ ਮਿਲਦੇ। ਮੈਂ ਕਿਹਾ ਅੱਛਾ ਜੀ, ਫੋਨ ਰੱਖਤਾ ਉਹਨਾਂ ਨੇ ਕਹਿ ਕੇ। ਪੰਜ ਮਿੰਟ ਬਾਅਦ ਫਿਰ ਮੁੜ ਕੇ ਫੋਨ ਆਉਂਦਾ, ਪੀ ਏ ਨੇ ਕਿਹਾ ਕਿ ਸੀ ਐੱਮ ਸਾਹਿਬ ਗੱਲ ਕਰਨਗੇ। ਮੈਂ ਕਿਹਾ ਹੁਣੇ ਤਾਂ ਗੱਲ ਹੋਈ ਕਿ ਨਹੀਂ, ਉਹ ਕਹਿੰਦੇ ਗੱਲ ਰਹਿ ਗਈ। ਸਭ ਅੰਗੂਠਾ ਲੈਣਾ ਛੱਡਿਆ ਉਹਨਾਂ ਨੇ। ਚੀਮਾ ਸਾਹਿਬ ਮੈਨੂੰ ਕਹਿੰਦਾ ਚੋ ਸਾਹਿਬ ਮੇਰੇ ਦਿਮਾਗ 'ਚ ਆਈ ਨਹੀਂ, ਤੁਸੀਂ ਕਰਨ ਕੀ ਲੱਗੇ ਹੋ ਮੇਰੇ ਨਾਲ ਚੱਲ ਕੇ। ਮੈਂ ਕਿਹਾ ਜੀ ਕਰਨਾ ਕੀ ਹੈ, ਪੰਜਾਬ ਦੀ ਉੱਥੇ ਜਾ ਕੇ ਪਾਣੀ ਦੀ ਵਾਸਤੇ ਕੋਈ ਪੈਸਿਆਂ ਦੀ ਗੱਲ, ਗ੍ਰਾਂਟ ਦੀ ਗੱਲ ਕਰਾਂਗੇ। ਉਹ ਕਹਿੰਦੇ ਉਹ ਤਾਂ ਠੀਕ ਹੈ। ਚੋ ਸਾਹਿਬ ਹੱਸ ਕੇ ਕਹਿਣ ਲੱਗੇ, ਕਹਿੰਦਾ ਤੁਹਾਡੇ ਕਾਂਗਰਸ ਪਾਰਟੀ ਵਾਲੇ ਤੁਹਾਡੇ ਮਗਰ ਵੈਸੇ ਡਾਂਗਾਂ ਚੱਕੀ ਫਿਰਦੇ, ਸਵੇਰੇ ਕਢਾ ਦੇਣਗੇ ਵੀ ਆ ਬਾਦਲ ਨਾਲ ਸਕੀਰੀ ਪਾਈ ਬੈਠਾ। ਜੇ ਕੋਈ ਹੋਰ ਹੁੰਦਾ ਨਾ ਸਾਹਿਬ, ਕਹਿੰਦਾ ਸਾਹਿਬ ਤੇ ਕਰ ਦੇਣਾ ਸੀ ਕੰਮ ਵੀ, ਇੱਕ ਤੀਰ ਨਾਲ ਦੋ ਸ਼ਿਕਾਰ ਹੁੰਦੇ ਆ, ਮੇਰਾ ਬੱਚੂ ਆ ਲੀਡਰ ਆਫ ਅਪੋਜੀਸ਼ਨ ਠੋਕ ਦਿਆਂਗੇ ਨਾਲ ਨਾਲ ਅਤੇ ਨਾਲ ਪੈਸੇ ਲਿਆਵਾਂਗੇ। ਕਿਉਂ ਮਲੂਕਾ ਸਾਹਿਬ ਦੱਸੋ, ਕੋਈ ਐਡਾ ਜਿਗਰੇ ਵਾਲਾ ਕੋਈ ਹੈ ਸਾਹਿਬ? ਮੈਂ ਕਿਵੇਂ ਨਾ ਉਹਨਾਂ ਦੇ ਉਹਨਾਂ ਦੀ ਗੱਲ ਕਰੀਏ ਸਾਹਿਬ। ਆਹ ਜਿਹੜੇ ਹੁਣ ਅੱਖਾਂ ਦਿਖਾਉਂਦੇ ਹੈ, ਗੱਲਾਂ ਕਰਦੇ ਹੈ, ਕਿਉਂਕਿ ਸਾਹਮਣੇ ਉਹ ਵੀ ਦੇਖ ਲੈਂਦੇ ਸਾਹਿਬ, ਕੋਈ ਐਡਾ ਸ਼ੇਰ ਸ਼ੂਰ ਹੈ ਨਹੀਂ ਸਾਹਿਬ ਕਿਸੇ ਦੇ, ਮੂੰਹ ਦੇਖ ਕੇ ਥੱਪੜ ਮਾਰਦੇ ਸਾਹਿਬ। ਚੋਰ ਦੇ ਪੈਰ ਨਹੀਂ ਹੁੰਦੇ, ਇਸੇ ਕਰਕੇ ਅਗਲਾ ਕੋਈ ਕਹਿੰਦਾ ਅੱਖ ਚਾ ਕੇ ਭਾਗ ਗੱਲ ਕਰ, ਗੱਲ ਕੀ ਕਰਨ ਸਾਹਿਬ? ਪਤਾ ਜੀ ਹੱਸਣ ਵਾਲੀ ਗੱਲ ਨਹੀਂ ਆ, ਆਹ ਬਿਲਕੁਲ ਐਨ ਨਫੀ ਤੋਲੀ ਗੱਲ ਹੈ। ਦੇਖ ਲੈਂਦੇ ਹੈ, ਤੇਜ਼ ਲੋਕ ਹੈ ਸਾਹਿਬ, ਲੋਕਾਂ ਪੂਰੇ ਪੰਜਾਬ ਨੂੰ ਬੇਵਕੂਫ ਬਣਾ ਕੇ ਤੁਰ ਲਿਆ। ਉਹ ਇਹਨਾਂ ਨੂੰ ਛੱਡਦੇ ਸਾਹਿਬ ਜਿਹੜੇ ਅਚਕਨਾਂ ਬਣਾਈ ਫਿਰਦੇ ਹੈ ਉਹਨਾਂ ਨੇ। ਪਰ ਉਹ ਜਿਹੜੀ ਤਾਕਤ ਹੈ ਨਾ ਸਾਹਿਬ, ਇੱਕ ਫਰਕ ਮੈਂ ਦੱਸਣਾ ਚਾਹੁੰਦਾ, ਜਿਹੜਾ ਬਾਦਲ ਸਾਹਿਬ ਵਾਸਤੇ ਪੂਰਾ ਢੁਕਦਾ ਹੈ, ਇੱਕ ਹੁੰਦੀ ਹੈ ਤੁਹਾਡੀ ਇੱਜ਼ਤ, ਇੱਕ ਹੁੰਦਾ ਤੁਹਾਡਾ ਰੁਤਬਾ ਜਿਹਨੂੰ ਕਹਿੰਦੇ ਆ ਰਿਸਪੈਕਟ ਐਂਡ ਯੋਰ ਅਥੋਰਿਟੀ। ਦੋ ਕਿਸਮ ਦੀਆਂ ਹੁੰਦੀਆਂ ਤਿੰਨੂ ਜੀ, ਤੁਸੀਂ ਦੇਖਿਆ ਸਾਹਿਬ, ਇੱਕ ਹੁੰਦੀ ਹੈ ਤਾਕਤ ਦੇ ਨਾਲ, ਕੁਰਸੀ 'ਤੇ ਬਹਿ ਕੇ ਤਾਂ ਹਰੇਕ ਮਾਤੜ ਬਣ ਜੂਗਾ ਸਾਹਿਬ, ਹਰੇਕ ਹੀ ਫੰਨੇ ਖਾਏ, ਸਿਆਣਾ ਵੀ ਉਸ ਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੁੰਦਾ, ਉਸ ਤੋਂ ਕੋਈ ਤਕੜਾ ਨਹੀਂ ਹੁੰਦਾ। ਇੱਕ ਹੁੰਦਾ ਪਰਸਨੈਲਿਟੀ ਡਰੀਵਨ। ਇਸ ਕਰਕੇ ਮੈਂ ਕਿਹਾ ਸੀ ਬਾਦਲ ਸਾਹਿਬ ਉਹਨਾਂ ਦੇ ਅੱਜ ਦੇ ਦਿਨ ਮੁੱਖ ਮੰਤਰੀਆਂ ਨੂੰ ਕੀ ਕਹਿੰਦੇ ਆ, ਮਾਤੜ ਜਿਹੜੇ ਇੱਕ ਦੋ ਪਹਿਲਾਂ ਹੋ ਕੇ ਗਏ ਚੱਲ ਰਹੇ ਜਿਹੜੇ, ਕੀ ਕਹਿੰਦੇ ਹੁੰਦੇ ਸੀ? ਕੋਈ ਸਾਹਿਬ ਲੈਂਦਾ ਹੀ ਨਹੀਂ ਸੀ ਬਾਦਲ ਸਾਹਿਬ ਦੇ ਨਾਮ ਦੇ ਨਾਲ। ਮੈਂ ਕਿਹਾ ਤੁਸੀਂ ਤਾਮਿਲਨਾਡੂ ਜਾ ਕੇ ਗੱਲ ਕਰ ਲਓ, ਬਾਦਲ ਸਾਹਿਬ ਦੀ ਗੱਲ ਹੋਊਗੀ ਸਾਹਿਬ, ਨੋਟ ਬਿਕੋਜ਼ ਹੀ ਵਾਜ਼ ਅ ਚੀਫ ਮਿਨਿਸਟਰ ਸਾਹਿਬ, ਬਿਕੋਜ਼ ਆਫ ਹੂ ਹੀ ਵਾਜ਼, ਕੀ ਉਹਨਾਂ ਦੀ ਸ਼ਖਸੀਅਤ ਸੀਗੀ। ਇਸ ਕਰਕੇ ਉਹਨਾਂ ਦੇ ਨਾਲ ਦੇ ਨਾਲ ਗੱਲ ਕਰਦੇ ਚੀਮਾ ਸਾਹਿਬ ਨੇ ਵਿਕਾਸ ਪੁਰਸ਼ ਆਖਿਆ, ਬਿਲਕੁਲ ਸਹੀ ਹੈ ਸਾਹਿਬ। ਹੋਰ ਉਹਨਾਂ ਦੇ ਕੰਮ ਖੇਤੀਬਾੜੀ, ਐਜ਼ ਏ ਕਿਸਾਨ ਮੈਂ ਤਾਂ ਹਮੇਸ਼ਾ ਕਹਿੰਦੇ ਸੀ ਵੀ ਕਿਸਾਨ ਤਾਂ ਸਾਰੇ ਹੈ, ਅੱਜ ਕੱਲ੍ਹ ਤਾਂ ਹਰੇਕ ਕੋਈ, ਮਾਤੜ ਮੇਰੇ ਵਰਗਾ ਵੀ ਜਿਹਨੇ ਕਿਤੇ ਖੇਤ ਨਹੀਂ ਦੇਖਿਆ ਉਹ ਵੀ ਗੱਲ 'ਚ ਹਰਾ ਪਰਨਾ ਪਾ ਕੇ ਕਿਸਾਨ ਬਣਿਆ ਖੜਾ ਹੁੰਦਾ। ਪਰ
ਉਹਨਾਂ ਨੇ ਆਪਣੇ ਹੱਥੀਂ ਖੇਤੀ ਕੀਤੀ ਸਭ। ਪਰ ਇਹਨਾਂ ਸਾਰਿਆਂ ਦੇ ਬਾਵਜੂਦ ਜੋ ਕੁਛ ਪੰਜਾਬ ਵਾਸਤੇ ਕੀਤਾ, ਜੋ ਕੀਤਾ, ਮੈਂ ਸਮਝਦਾ ਸਭ ਤੋਂ ਵੱਡਾ ਯੋਗਦਾਨ ਵਿੱਚ ਮੇਕ ਸਿੰਘ ਅ ਸਟੇਟਸਮੈਨ ਉਹ ਸੀਗਾ ਜਦੋਂ 96-97 'ਚ ਉਹ ਕੋਈ ਪੋਲੀਟੀਕਲ ਅਲਾਇੰਸ ਨਹੀਂ ਸੀਗਾ ਸਾਹਿਬ, ਉਹ ਕੋਈ ਵੋਟਾਂ ਵਾਸਤੇ ਅਲਾਇੰਸ ਨਹੀਂ ਸੀਗਾ, ਉਹ ਅਲਾਇੰਸ ਸੀਗਾ ਜਿਸ ਭਾਂਮੜ 'ਚੋਂ ਪੰਜਾਬ ਨਿਕਲ ਕੇ ਦੌਰ 'ਚੋਂ ਗੁਜ਼ਰਿਆ ਸੀਗਾ। ਉਹ 80 ਦੇ ਦਹਾਕੇ ਤੋਂ ਲੈ ਕੇ 96 ਤਾਈਂ ਜਿਹੜੇ ਹਾਲਾਤ ਪੰਜਾਬ 'ਚ ਵਾਪਰੇ ਸੀ, ਜਿਸ ਕਿਸਮ ਦਾ ਜ਼ਹਿਰ, ਜਿਸ ਕਿਸਮ ਦੀ ਦੋ ਫਾੜ, ਜਿਸ ਕਿਸਮ ਦੀ ਇੱਥੇ ਉਹ ਕਾਲੇ ਦਿਨ ਜਿਸ ਤਰ੍ਹਾਂ ਵੱਜਦੇ ਹੈ, ਉਹਨਾਂ 'ਚੋਂ ਪੰਜਾਬ ਨਿਕਲਿਆ ਸੀਗਾ, ਉਦੋਂ ਮੱਲਮ ਲਾਉਣ ਦੀ ਜ਼ਰੂਰਤ ਸੀਗੀ ਸਭ। ਆ ਭਾਈਚਾਰਕ ਸਾਂਝ ਬਣੀ ਰਹੇ, ਮੈਂ ਸਲਾਮ ਕਰਦਾ ਉਸ ਸਪਿਰਿਟ ਨੂੰ ਸਭ। ਪੰਜਾਬ ਦੀ ਸਭ ਤੋਂ ਵੱਡੀ ਮੈਂ ਸਮਝਦਾ ਗੁਰੂ ਮਹਾਰਾਜ ਦੇ ਜੋ ਕਿਹਾ ਸੀਗਾ, ਮਾਨਸ ਕੀ ਜਾਤ ਸਭਾ ਏਕੋ ਪਹਿਚਾਨ ਬੋ, ਉਹਦੇ 'ਤੇ ਪਹਿਰਾ ਦਿੰਦੇ ਹੋਏ ਉਹਨਾਂ ਨੇ ਵੀ ਆਹ ਕਿਤੇ ਦੇਖਿਓ ਸਾਡਾ ਗੁਆਂਢੀ ਮੁਲਕ ਬੈਠਾ ਹੈ, ਆਹ ਇੱਥੇ ਅਫਰਾ ਤਫਰੀ ਦਾ ਫਾਇਦਾ ਉਠਾ ਕੇ ਸਾਡੇ ਭਾਈਚਾਰਕ ਸਾਂਝੇ ਖੋਰਾ ਨਾ ਲਾ ਦੇਣ। ਦੂਜੀ ਗੱਲ ਜਿਹੜੀ ਸਾਰੇ ਸਾਥੀਆਂ ਨੇ ਕੀਤੀ ਹੈ, ਉਹਨਾਂ ਨੇ ਹਮੇਸ਼ਾ ਇਸ ਗੱਲ 'ਤੇ ਪਹਿਰਾ ਦਿੱਤਾ ਵੀ ਮੋਰ ਪਾਵਰਸ ਟੂ ਦਾ ਸਟੇਟ। ਮੈਂ ਸਮਝਦਾ ਫੈਡਰਲ ਸਟਰਕਚਰ ਦੀ ਨਿਉਂ ਹੀ ਉੱਥੋਂ ਪੈਦਾ ਹੁੰਦੀ ਹੈ ਸਭ, ਉਹਦੇ 'ਤੇ ਪਹਿਰਾ ਦਿੱਤਾ। ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਅੱਜ ਇਸ ਮੰਚ ਤੋਂ ਬਹੁਤ ਡੂੰਘੀਆਂ ਸਾਰਥਕ ਅਤੇ ਅੱਜ ਸਮੇਂ ਦੀ ਜਿਹੜੀ ਲੋੜ ਹੈ ਉਹ ਗੱਲਾਂ ਕੀਤੀਆਂ ਗਈਆਂ। ਆ ਇੱਥੇ ਦੋ ਲਾਈਨਾਂ ਦੇ ਵਿੱਚ, ਦੋ ਹਲਫਾਂ ਦੇ ਵਿੱਚ ਮੁਕਾਉਣ ਵਾਲੀ ਗੱਲ ਨਹੀਂ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸਲ ਸ਼ਰਧਾਂਜਲੀ, ਅਸਲ ਉਹਨਾਂ ਦੀ ਯਾਦ, ਉਹਨਾਂ ਦੀ ਸੋਚ 'ਤੇ ਪਹਿਰਾ ਦੇਣ ਵਾਸਤੇ ਆਹ ਜਿਹੜੇ ਪੰਜਾਬ ਦੇ ਜ਼ਖਮ ਹੈ, ਪੰਜਾਬ ਦੇ ਖਦਸੇ ਹੈ, ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਖੌਫ ਹੈ, ਉਹ ਅਗਰ ਬਾਦਲ ਸਾਹਿਬ ਦੀ ਯਾਦ 'ਚ ਨਾ ਚੱਕਾਂਗੇ ਤਾਂ ਫਿਰ ਚੱਕਾਂਗੇ ਕਿਹਦੇ ਇੱਥੇ ਸਭ। ਪਰ ਬਾਦਲ ਸਾਹਿਬ ਨੇ ਜਿਸ ਤਰ੍ਹਾਂ, ਕਿਉਂਕਿ ਆਵਾਜ਼ ਉਦੋਂ ਵੀ ਉੱਠੀ ਸੀ ਜਦੋਂ ਆ ਸਮਝੌਤਾ ਕੀਤਾ ਸੀਗਾ 96-97 'ਚ, ਲੋਕਾਂ ਨੇ ਕਿਹਾ ਸੀ ਜੀ ਪੰਥ ਦੀ ਰਾਹ ਤੋਂ ਭਟਕਣ ਲੱਗੇ ਹੈ। ਕੋਈ ਕਰੜਾ ਜਿਗਰੇ ਵਾਲਾ ਬੰਦਾ ਹੀ ਉਹ ਫੈਸਲਾ ਕਰ ਸਕਦਾ ਸੀ ਪੰਜਾਬ ਨੂੰ ਸਾਹਮਣੇ ਰੱਖ ਕੇ, ਜਿਹੜੇ ਲੋਕਾਂ ਨੇ ਸਾਰਿਆਂ ਨੇ ਕਿਹਾ ਹਰੇਕ ਪੰਜਾਬ ਸ਼ੇਅਰ ਕਰਦਾ ਉਹਨ ਭਾਵਨਾ ਨੂੰ ਵੀ ਬਾਦਲ ਸਾਹਿਬ ਸਿਰਫ ਇੱਕ ਕੌਮ ਦੇ ਨਹੀਂ ਪੰਜਾਬ ਦੇ ਨੇਤਾ ਸੀਗੇ, ਲੋਕ ਉਹਨਾਂ ਕੋਲ ਨਹੀਂ ਝਾਕਦੇ ਸੀਗੇ, ਉਹਨਾਂ ਨੇ ਉਸ 'ਤੇ ਪਹਿਰਾ ਦੇ ਕੇ ਨਿਰਣਾ ਲਿਆ। ਆ ਜਿਹੜੀਆਂ ਖਦਸੇ ਇੱਥੋਂ ਜ਼ਾਹਿਰ ਕੀਤੇ ਗਏ ਹੈ, ਮੇਰਾ ਮੰਨਣਾ ਹੈ, ਜਿੰਨਾ ਕੁ ਮੈਂ ਸਮਝਦਾ, ਮੇਰੀ ਛੋਟੀ ਜਿਹੀ ਸੋਚ ਹੈ, ਪੰਜਾਬੀ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦਾ। ਅੱਜ ਕੱਲ੍ਹ ਤਾਂ ਆ ਜਦੋਂ ਦਾ ਵਟਸਐਪ ਵਾਲਾ ਜ਼ਮਾਨਾ ਹੈ, 24 ਆਵਰ ਨਿਊਜ਼ ਹੈ, ਸ਼ਾਮ ਤਾਈਂ ਤਾਂ ਅਗਲਾ ਕੋਈ ਹੋਰ ਪੜ੍ਹਨ ਲੱਗ ਜਾਂਦਾ ਹੈ, ਗੋਪਾਲ ਸਾਹਿਬ ਉਹਦਾ ਤਾਂ ਅਗਲਾ ਕੋਈ ਨਾ ਕੋਈ ਹੋਰ ਦੱਸੋ ਜੀ, ਉਹ ਅਗਲੀ ਪਿਛਲੀ ਭੁੱਲ ਕੇ ਅਗਲੀ ਗੱਲ ਕਰ ਦਿੰਦਾ, ਪਰ ਪੰਜਾਬੀ ਜਿਹੜੀ ਗੱਲ ਭੁੱਲਦਾ ਨਹੀਂ ਉਹ ਹੈ ਜਿੱਥੇ ਧੱਕਾ ਹੋਇਆ ਹੋਵੇ। ਆ ਤਾਂ ਖਾਲਸਾ ਸਜਾਇਆ ਇਸੇ ਕਰਕੇ ਸੀਗਾ, ਜ਼ੁਲਮ ਅਤੇ ਜ਼ਬਰ ਅਤੇ ਧੱਕੇ ਦੇ ਖਿਲਾਫ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਸਾਡੇ ਜੋਸ਼ ਨੂੰ ਵਿਗਾੜਨ ਦੀ ਲੋੜ ਨਹੀਂ, ਪੰਜਾਬੀਆਂ ਦੇ ਜੋਸ਼ ਨੂੰ ਕੋਈ ਇਮਤਿਹਾਨ ਦੀ ਲੋੜ ਨਹੀਂ, ਕੋਈ ਅਸੀਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ। ਅੱਜ ਜੇ ਸਾਨੂੰ ਲੋੜ ਹੈ ਜਿਨ੍ਹਾਂ ਹਾਲਾਤਾਂ ਦੇ ਵਿੱਚ, ਉਹ ਹੈ ਜੋਸ਼ ਦੇ ਨਾਲ ਹੋਸ਼, ਅਤੇ ਉਸ ਹੋਸ਼ ਨੂੰ ਮੈਂ ਅਪੀਲ
ਇੱਥੇ ਬਾਦਲ ਸਾਹਿਬ ਦੇ ਯਾਦ ਦੇ ਹਜ਼ੂਰੀ 'ਚ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਕਹਿ ਸਕਦਾ ਸਾਥੀਓ, ਠੰਡੇ ਕਲੇਜੇ ਨਾਲ, ਧਰਮੇ ਨਾਲ ਸੋਚ ਕੇ ਉਹਦੇ ਬਾਅਦ ਕੋਈ ਕਦਮ ਪੁੱਟਣਾ। ਮੈਂ ਤਾਂ ਇੰਨਾ ਹੀ ਦੇਖਿਆ ਵੀ ਅੱਜ ਦੇ ਦਿਨ ਜਿਹਨਾਂ ਨੂੰ ਬਾਅਦ 'ਚ ਆਪਾਂ ਕੋਈ ਨਾਮ ਨਾ ਦੇਈਏ, ਕੋਈ ਹੋਰ ਛੋਟਾ ਮੰਦਾ ਸ਼ਬਦ ਨਾ ਬੋਲੀਏ, ਇਹਦੀ ਜ਼ਿੰਮੇਵਾਰੀ ਤਾਂ ਲਈਏ ਜੋਸ਼ੀ ਸਾਹਿਬ। ਆਪੇ ਆਪ ਤਾਂ ਨਹੀਂ ਆਏ, ਵੋਟਾਂ ਲੈ ਕੇ ਆਏ ਹੈ, ਲੋਕਾਂ ਨੇ ਜਿਤਾਇਆ ਹੈ, ਜਿਨ੍ਹਾਂ ਦੇ ਕੋਲ ਫਰਜ਼ ਸੀਗਾ ਚੌਕੀਦਾਰੀ ਦਾ ਉਹਨਾਂ ਨੂੰ ਵੀ ਜਿਤਾ ਕੇ ਭੇਜਿਆ ਹੈ, ਬਾਹਰੋਂ ਤਾਂ ਨਹੀਂ ਆਏ, ਇੱਥੇ ਵਾਲਿਆਂ ਨੇ ਜਿਤਾ ਕੇ ਭੇਜਿਆ ਹੈ। ਅਤੇ ਮੇਰੀ ਬੇਨਤੀ, ਇੱਥੇ ਬੈਠੇ ਸਾਰੇ ਬਹੁਤ ਹੀ ਸੀਨੀਅਰ ਲੀਡਰ ਸਾਹਿਬਾਨ ਬੈਠੇ, ਇਹਨਾਂ ਦੇ ਨਾਲ ਨਾਲ ਮੈਂ ਆਮ ਪੰਜਾਬੀ ਨੂੰ ਅੱਜ ਬੇਨਤੀ ਕਰਨਾ ਚਾਹੂੰਗਾ। ਸਾਥੀਓ, ਬਿਲਕੁਲ ਠੀਕ, ਉਸ ਟਾਈਮ ਤੁਸੀਂ ਗੁੱਸੇ 'ਚ ਸੀਗੇ ਵੀ ਇਹਨਾਂ ਨੂੰ ਸਬਕ ਸਿਖਾਉਣਾ, ਪੁਰਾਣੇ ਵਾਲਿਆਂ ਨੂੰ ਸਾਰਿਆਂ ਨੂੰ ਮਾਂਜ ਦੇਣਾ। ਠੀਕ ਹੈ ਸਾਹਿਬ, ਤੁਹਾਡਾ ਹੱਕ ਹੈ, ਵੋਟ ਦਾ ਤੁਹਾਡਾ ਹੱਕ ਹੈ, ਅੰਬੇਦਕਰ ਸਾਹਿਬ ਦਾ ਕੌਂਸਟੀਟਿਊਸ਼ਨ ਹੈ, ਉਹਦੇ ਵਿੱਚ ਦੇਸ਼ ਦੇ ਸਾਰੇ ਉਸ ਗੱਲ ਨੂੰ ਕਦਰ ਕਰਦੇ ਹਾਂ, ਪਰ ਆਹ ਤਾਂ ਦੇਖ ਲਿਓ ਵੀ ਅੱਗੇ ਦੇਣ ਕਿਹਨੂੰ ਲੱਗੇ ਹਾਂ। ਮੈਂ ਆਹੀ ਬੇਨਤੀ ਕਰਨਾ ਹੈ ਸਾਥੀਓ, ਸੁਚੇਤ ਹੋ ਕੇ ਫੈ ਦੇਖ ਕੇ ਕਿਹਨਾਂ ਲੋਕਾਂ ਨੂੰ ਆਪਾਂ ਤਵੱਕੋ ਰੱਖਦੇ ਹਾਂ ਵੀ ਸਾਡੇ ਪੰਜਾਬ ਦੇ ਜਿਹੜੇ ਮੁੱਢ ਤੋਂ ਚੱਲੇ ਆ ਰਹੇ ਹੈ ਫੈਸਲੇ, ਸਾਡੇ ਖਦਸੇ ਜਿਹੜੇ ਹੈ, ਦਰਦ ਹੈ, ਉਹਨਾਂ ਨੂੰ ਸੁਲਝਾਊਗਾ ਕੌਣ ਸਾਹਿਬ? ਇਹ ਸੁਲਝਾਣਗੇ? ਉਹ ਕਹਿੰਦੇ ਨਾ, ਇਹ ਤਿਫਲ ਕਿਆ ਲੜੇਂਗੇ ਜੋ ਘੁਟਨੋ ਕੇ ਬਲ ਚਲੇਗੀ, ਇਹਨਾਂ ਤੋਂ ਕਰ ਨਹੀਂ ਸਮਝ ਜਾਂਦਾ, ਕਰ ਨਹੀਂ ਸਮਝ ਜਾਂਦਾ। ਇੱਥੇ ਪੰਜਾਬ ਸੀਗਾ, ਇੱਥੇ ਦਰਦ ਸੀਗਾ, ਬਾਦਲ ਸਾਹਿਬ ਨੇ ਕੋਈ ਘਾਟ ਨਹੀਂ ਰੱਖੀ, ਸਾਰੇ ਸਾਡੇ ਸਾਥੀਆਂ ਲੀਡਰਾਂ ਨੂੰ ਕੋਈ ਘਾਟ ਨਹੀਂ ਰੱਖੀ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ ਵਾਸਤੇ, ਪਰ ਫੈਸਲਾ ਲੈਣ ਵਾਲਿਆਂ ਵਿੱਚ ਵੀ ਤਾਂ ਕੋਈ ਜਿਗਰਾ ਚਾਹੀਦਾ ਹੈ। ਕੌਣ ਲਊਗਾ ਸਾਹਿਬ? ਹੈ ਕਿਸੇ 'ਚ ਕੋਈ ਹਿੰਮਤ ਇਹਨਾਂ 'ਚ? ਦੇਖ ਲਓ, ਸਾਰੇ ਕੱਢ ਕੇ ਦੇਖ ਲਿਓ ਸਾਹਿਬ ਵੀ ਕਿਹੜੇ ਕਿਹੜੇ ਲੋਕ ਅੱਜ ਹਿੰਦੁਸਤਾਨ ਦੀ ਚੌਧਰ ਪਾਲ ਰਹੇ ਹੈ ਵੀ ਸਾਨੂੰ ਦਿਓ, ਅਸੀਂ ਮਸਲੇ ਹੱਲ ਕਰਦੇ ਹਾਂ। ਇੱਕ ਪਹਿਲਾਂ ਵੀ ਆ ਕੇ ਗਿਆ ਸੀਗਾ ਸਾਹਿਬ, ਇੱਕ ਪਹਿਲਾਂ ਵੀ ਕਹਿੰਦਾ ਮੈਂ ਮਸਲੇ ਹੱਲ ਕਰਦਾ। ਸਾਹਿਬ, ਨਿਗਾਹ ਮਾਰ ਲਿਓ, ਇਕੱਲੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਉਹ ਮਸਲੇ ਹੱਲ ਹੋਏ ਹੈ ਜਿਨ੍ਹਾਂ ਦੀ ਕੋਈ ਸੋਚ ਵੀ ਨਹੀਂ ਸੀ ਸਕਦਾ। ਸਾਹਿਬ, ਕੈਪੇਬਿਲਿਟੀ, ਕਾਬਲੀਅਤ ਹੈ ਸਾਹਿਬ ਕੰਮ ਕਰਨ ਦੀ, ਕਾਬਲੀਅਤ ਵਾਲੇ ਨੂੰ ਦੇਖ ਕੇ ਦਿਓ, ਮਨਸ਼ਾ ਵਾਲੇ ਨੂੰ ਦੇਖ ਕੇ ਗਿਓ। ਜੇ ਕੋਈ ਫੈਸਲਾ ਕਿਸੇ ਦਾ ਗਲਤ ਲੱਗੇ ਤਾਂ ਹੀ ਮੈਂ ਕਿਹਾ ਸਾਹਿਬ, ਪੰਜਾਬੀ ਜਬਰ ਨਹੀਂ ਭੁੱਲਦਾ, ਟੱਕਾ ਨਹੀਂ ਤੈਨੂੰ ਜੀ ਟਲਦੇ ਟੱਕਾ ਤਾਂ ਫਿਰ ਅਸੀਂ ਤਾਂ ਫਿਰ, ਉਹ ਕਹਿੰਦੇ ਨਾ ਟਿੱਟਣ ਵਾਂਗੂ ਅਸੀਂ ਤਾਂ ਫਿਰ ਜਾ ਵੱਜਾਂਗੇ ਠਾ ਦੇਣੇ ਜੀ। ਇਸ ਕਰਕੇ ਬੜੇ ਸੋਚ ਸਮਝ ਕੇ ਬਾਦਲ ਸਾਹਿਬ ਦੀ ਸੱਚੀ ਸ਼ਰਧਾਂਜਲੀ ਹੈ ਵੀ ਆਪਾਂ ਹੋਸ਼ੋ ਹਵਾਸ ਦੇ ਵਿੱਚ ਆਪਣੇ ਨੂੰ ਇਸਤੇਮਾਲ ਨਾ ਹੋਣ ਦੇ ਕੇ ਪੰਜਾਬ ਦੇ ਹਿੱਤਾਂ ਵਾਸਤੇ ਸਾਰਿਆਂ ਨੇ ਬਹੁਤ ਜਿਹੜੀਆਂ ਡੂੰਘੀਆਂ, ਪਹਿਲਾਂ ਆਹ ਤਾਂ ਬਚਾ ਲਓ, ਪਾਣੀ ਦਾ ਬਚਾ ਲਓ, ਇੱਥੇ ਬੰਜਰ ਹੋ ਜੂਗਾ, ਇੱਥੇ ਕੀ ਹਾਲਾਤ ਬਣਨੇ ਹੈ, ਨਾ ਰਹੇਗਾ ਬਾਂਸ, ਨਾ ਵਜੇਗੀ ਬਾਂਸਰੀ, ਸਾਰੀਆਂ ਗੱਲਾਂ ਬੈਠ ਕੇ। ਅਤੇ ਮੈਂ ਤਾਂ ਕਦੇ ਸਾਰੇ ਬੈਠੇ ਹੈ ਆਹ ਵੀ ਬੇਨਤੀ ਕਰੂੰਗਾ ਵੀ ਇੱਥੇ ਮੰਚ 'ਤੇ ਨਹੀਂ ਕਦੇ ਬੈਠ ਕੇ ਡਿਸਕਸ਼ਨ, ਵਾਰਤਾਲਾਪ ਦੀ ਗੱਲ ਹੋਈ, ਇੱਥੇ ਵਾਰਤਾਲਾਪ ਕਰਨ ਦਾ ਸਮਾਂ, ਅਤੇ ਵਾਰਤਾਲਾਪ ਕਰੀਏ ਸਭ ਸਾਰੇ ਬੈਠ ਕੇ, ਲੋਕਾਂ ਨੂੰ ਜਾਣੂ ਕਰਾਓ, ਲੋਕਾਂ ਨੂੰ ਪਤਾ ਲੱਗੇ। ਇੱਥੇ ਚਾਰ ਬੰਦੇ ਬੈਠ ਕੇ ਆਪਾਂ ਖਿੱਚਮਿੱਚ ਕਰ ਲਈ, ਲੋਕਾਂ ਨੇ ਕਹਿ ਦਿਆ ਤਾਂ ਆਪਦੀ ਖਿਚੜੀ ਪਕਾਈ ਜਾਂਦੇ ਆ, ਲੋਕਾਂ ਨੂੰ ਨਾਲ ਲੈ ਕੇ ਭਰੋਸਾ, ਜਿਹੜੀ ਕ੍ਰੈਡੀਬਿਲਿਟੀ ਸੀਗੀ ਬਾਦਲ ਸਾਹਿਬ ਦੀ। ਸੁਖਬੀਰ ਜੀ, ਆਖਰੀ ਲਾਈਨ ਮੈਂ ਤੁਹਾਨੂੰ ਕਹੂੰਗਾ, ਬਹੁਤ ਵੱਡਾ ਤੁਹਾਨੂੰ ਇੱਕ ਉਹਨਾਂ ਨੇ ਵਿਰਾਸਤ ਦਿੱਤੀ ਹੈ, ਪਰ ਉਸ ਵਿਰਾਸਤ ਦੇ ਨਾਲ ਓਨੀ ਵੱਡੀ ਜ਼ਿੰਮੇਵਾਰੀ ਵੀ ਤੁਹਾਡੇ 'ਤੇ ਬਣਦੀ ਹੈ ਸਾਹਿਬ।
ਅਤੇ ਮੈਂ ਅੱਜ ਜਿੱਥੇ ਬੀ ਜੇ ਪੀ ਪਾਰਟੀ ਕਹਿੰਦੇ ਹੋ, ਸਾਡੀ ਸੀਨੀਅਰ ਲੀਡਰਸ਼ਿਪ ਦਿੱਲੀ ਕਹਿੰਦੇ ਹੋ, ਅਤੇ ਆਪਣੇ ਨਿੱਜੀ ਤੌਰ 'ਤੇ ਇੱਥੇ ਤੁਹਾਡੇ ਸਾਰਿਆਂ ਨੂੰ ਆਪਣੀ ਸ਼ੁਭਕਾਮਨਾਵਾਂ ਉਹਨਾਂ ਦੇ ਬਾਦਲ ਸਾਹਿਬ ਦੀ ਯਾਦ 'ਤੇ ਪਹਿਰਾ ਦੇਣ ਦੀ, ਗੁਰੂ ਮਹਾਰਾਜ ਆਪਾਂ ਨੂੰ ਸਾਰਿਆਂ ਨੂੰ ਬਲ ਬਖਸ਼ੇ ਅਤੇ ਪੰਜਾਬ ਦੇ ਉੱਤੇ, ਸਾਰਿਆਂ ਦੇ ਉੱਤੇ, ਪੰਜਾਬ ਦੇ ਅਤੇ ਦੇਸ਼ ਦੇ ਉੱਤੇ ਹਮੇਸ਼ਾ ਇਸੇ ਤਰ੍ਹਾਂ ਮੇਹਰ ਭਰਿਆ ਹੱਥ ਵਾਹਿਗੁਰੂ ਰੱਖੇ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।